ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਹਿਸਟਰੀ ਦਾ ਟੋਪਿਕ ਕਰਾਂਗੇ ਬੀ ਏ ਸਮੈਸਟਰ ਥਰਡ ਦੇ ਲਈ। ਇਸ ਤੋਂ ਇਲਾਵਾ ਸਟੂਡੈਂਟਸ, ਇਹ ਜਿਹੜਾ ਬੀ ਏ ਸਮੈਸਟਰ ਥਰਡ ਦਾ ਟੋਪਿਕ ਆ, ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਟੂਡੈਂਟਸ ਲਈ ਵੀ ਇੰਪੋਰਟੈਂਟ ਆ। ਹਾਂਜੀ, ਅਤੇ ਬਾਕੀ ਤੁਹਾਡੇ ਆਲਰੇਡੀ ਟੋਪਿਕਸ ਕਾਫੀ ਅਪਲੋਡ ਕੀਤੇ ਹੋਏ, ਤੁਸੀਂ ਵਾਚ ਕਰ ਸਕਦੇ ਹੋ। ਹਾਂਜੀ, ਇਹ ਹੈਗਾ ਖੇਤੀ ਦਾ ਵਣਜੀਕਰਨ, ਵਪਾਰੀਕਰਨ। ਕੁਸ਼ਚਨ ਤੁਹਾਨੂੰ ਜਿਵੇਂ ਅੰਗਰੇਜ਼ਾਂ ਦੇ ਭਾਰਤ ਵਿੱਚ ਕ੍ਰਿਸ਼ੀ ਸੰਬੰਧੀ ਨੀਤੀਆਂ ਦਾ ਸੰਖੇਪ ਵੇਰਵਾ ਦੋ, ਐਵੇਂ ਬਣ ਕੇ ਆ ਸਕਦਾ। ਜਾਂ ਵਪਾਰੀਕਰਨ ਦੇ ਕੀ ਕਾਰਨ ਸੀ, ਠੀਕ ਹੈ, ਕਮਰਸ਼ੀਅਲ ਵਪਾਰੀਕਰਨ ਦੇ ਕੀ, ਵਣਜੀਕਰਨ ਦੇ ਕੀ ਕਾਰਨ ਸੀ, ਕੀ ਨਤੀਜੇ ਨਿਕਲੇ, ਨਤੀਜਿਆਂ ਨੂੰ ਸਿੱਟੇ ਵੀ ਕਹਿ ਲੈਂਦੇ ਨੇ, ਕੀ ਸਿੱਟੇ ਨਿਕਲੇ ਜਾਂ ਕਿਹੜੇ ਕਿਹੜੇ ਪੜਾਅ ਸੀ, ਜਾਂ ਵਣਜੀਕਰਨ ਦੇ ਕਾਰਨ ਸਿੱਟੇ ਪ੍ਰਭਾਵ ਇੱਕੋ ਗੱਲ ਹੋ ਗਈ। ਹਾਂਜੀ, ਵਣਜੀਕਰਨ ਪਹਿਲਾਂ ਤਾਂ ਜਾਣ ਪਛਾਣ ਇਹਦੇ ਵਿੱਚ ਆਜੂਗਾ। ਭਾਰਤ ਵਿੱਚ ਅੰਗਰੇਜ਼ਾਂ ਦੇ ਸ਼ਾਸਨ ਤੋਂ ਪਹਿਲਾਂ 18ਵੀਂ ਸਦੀ ਤੱਕ ਕਿਸਾਨ ਸਿਰਫ ਉਹੀ ਫਸਲਾਂ ਪੈਦਾ ਕਰਦੇ ਸੀ ਜਿਨ੍ਹਾਂ ਦੀ ਵਰਤੋਂ ਉਸ ਦੇ ਪਰਿਵਾਰ ਦੇ ਗੁਜ਼ਾਰੇ ਲਈ, ਪਿੰਡ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਹੁੰਦੀ ਸੀ। ਮਤਲਬ ਕਿ 18ਵੀਂ ਸਦੀ ਤੋਂ ਪਹਿਲਾਂ, ਠੀਕ ਹੈ, ਅੰਗਰੇਜ਼ਾਂ ਦੇ ਸ਼ਾਸਨ ਤੋਂ ਪਹਿਲਾਂ ਤਾਂ ਜਿਹੜੇ ਭਾਰਤ ਦੇ ਕਿਸਾਨ ਸੀ ਉਹ ਸਿਰਫ ਉਹੀ ਫਸਲਾਂ ਪੈਦਾ ਕਰਦੇ ਸੀ ਜਿਨ੍ਹਾਂ ਨਾਲ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਹੋ ਸਕਦਾ, ਜਾਂ ਉਹ ਪਿੰਡ ਦੀਆਂ ਜਿਹੜੀਆਂ ਜ਼ਰੂਰਤਾਂ ਪੂਰੀਆਂ ਕਰਦੇ ਸੀ, ਫਾਲਤੂ ਕੁਛ ਵੀ ਪੈਦਾ ਨਹੀਂ ਕਰਦੇ ਸੀ। ਅਤੇ ਖੇਤੀ ਫਸਲਾਂ ਆਪਣੀ ਵਰਤੋਂ ਲਈ ਹੀ ਹੁੰਦੀਆਂ ਸੀ, ਨਾ ਕਿ ਦੂਜੇ ਦੇਸ਼ਾਂ ਨੂੰ ਵੇਚਣ ਲਈ। ਮਤਲਬ ਕਿ ਜਿੰਨੀ ਵੀ ਉਹਨਾਂ ਨੇ ਪ੍ਰੋਡਕਸ਼ਨ ਕਰਨੀ ਸੀ ਸਿਰਫ ਆਪਣੇ ਯੂਜ਼ ਲਈ ਜਾਂ ਪਿੰਡ ਦੇ ਯੂਜ਼ ਲਈ ਕਰਦੇ ਸੀ, ਬਾਕੀ ਵਪਾਰ ਨੂੰ ਸੋਚ ਕੇ ਜਾਂ ਕਿਸੇ ਨੂੰ ਵੇਚਣ ਦੇ ਤਰੀਕੇ ਨੂੰ ਸੋਚ ਕੇ ਨਹੀਂ ਪੈਦਾ ਕਰਦੇ ਸੀ। ਇਸ ਲਈ ਕਣਕ, ਜਵਾਰ, ਮੱਕੀ, ਬਾਜਰਾ ਅਤੇ ਚਾਵਲ ਹੀ ਜ਼ਿਆਦਾ ਪੈਦਾ ਕਰਦੇ ਸੀ। ਪਰ ਵੱਖ ਵੱਖ ਹਾਲਾਤਾਂ ਅਤੇ ਕਾਰਨਾਂ ਕਰਕੇ ਕਿਸਾਨਾਂ ਨੇ ਅਨਾਜ ਦੀਆਂ ਫਸਲਾਂ ਪੈਦਾ ਕਰਨਾ ਘੱਟ ਕਰਤਾ। ਰੂੰ, ਪਟਸਨ, ਨੀਲ, ਗੰਨਾ, ਤਿਲਹਨ, ਅਫੀਮ, ਚਾਹ, ਕੌਫੀ, ਇਹ ਜਿਹੜੀਆਂ ਨਗਦ ਫਸਲਾਂ ਸੀ ਇਹ ਪੈਦਾ ਕਰਨੀਆਂ ਸ਼ੁਰੂ ਕਰਤਾ। ਜਦੋਂ ਵੱਖ ਵੱਖ ਹਾਲਾਤ ਚੇਂਜ ਹੋ ਗਏ, ਜਾਂ ਮਤਲਬ ਕਿ ਕਿਹੜੇ ਕਿਹੜੇ ਚੇਂਜ ਹੋਏ ਆਪਾਂ ਉਹ ਪੜ੍ਹਾਂਗੇ, ਕਾਰਨ ਉਹੀ ਦੇਖਾਂਗੇ ਵੀ ਕੁਛ ਕਾਰਨ ਬਣੇ ਜਿਨ੍ਹਾਂ ਕਾਰਨਾਂ ਕਰਕੇ ਲੋਕਾਂ ਨੇ ਜਿਹੜੀ ਕਿ ਰੂੰ, ਪਟਸਨ, ਨੀਲ, ਗੰਨਾ, ਤਿਲਹਨ, ਕਪਾਹ ਇਹ ਫਸਲਾਂ ਨਗਦ ਫਸਲਾਂ ਜਿਹੜੀ ਕਿ ਪੈਦਾ ਕਰਨੀ ਸ਼ੁਰੂ ਕਰਤੀਆਂ ਜਿਨ੍ਹਾਂ ਦਾ ਵਪਾਰ ਹੋ ਸਕਦਾ ਸੀ। ਚਾਹ ਅਤੇ ਕਾਫੀ ਦੇ ਜਿਹੜੇ ਬਾਗ ਸੀ ਅਤੇ ਰਬੜ ਦੇ ਰੁੱਖਾਂ ਦੀ ਸੰਖਿਆ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਗਿਆ, ਜਿਹਦੇ ਕਰਕੇ ਖੇਤੀ ਦੇ ਵਣਜੀਕਰਨ ਤੋਂ ਆਪਾਂ ਕੀ ਕਹਿ ਸਕਦੇ ਹਾਂ ਵੀ ਖੇਤੀ ਵਿੱਚ ਉਹਨਾਂ ਫਸਲਾਂ ਨੂੰ ਉਗਾਉਣ ਦੇ ਵਿੱਚ ਪਹਿਲ ਦੇਣੀ ਜੋ ਆਸਾਨੀ ਨਾਲ ਬਾਜ਼ਾਰ ਦੇ ਵਿੱਚ ਵੇਚੀਆਂ ਜਾ ਸਕਣ, ਜਿਨ੍ਹਾਂ ਤੋਂ ਜ਼ਿਆਦਾ ਆਮਦਨ ਪ੍ਰਾਪਤ ਹੋ ਸਕੇ ਉਹਨਾਂ ਨੂੰ ਆਪਾਂ ਕੀ ਕਰਾਂਗੇ, ਖੇਤੀ ਵਣਜੀਕਰਨ ਕਹਾਂਗੇ ਉਹ ਫਸਲਾਂ ਨੂੰ। ਹੁਣ ਖੇਤੀ ਵਣਜੀਕਰਨ ਦੇ ਕਾਰਨ ਕੀ ਸੀ? ਪਹਿਲਾਂ ਕੀ ਹੈ, ਲਗਾਨ ਦੀ ਅਦਾਇਗੀ ਨਗਦੀ ਦੇ ਵਿੱਚ, ਵੀ ਜਿਹੜਾ ਟੈਕਸ ਪੇ ਕਰਦੇ ਸੀ ਉਹ ਟੈਕਸ ਕੈਸ਼ ਦੇ ਵਿੱਚ ਪੇ ਕਰਨ ਦੇ ਕਰਕੇ ਜਿਹੜੇ ਕਿ ਉਹਨਾਂ ਨੇ ਵਪਾਰ ਕਰਨਾ ਸ਼ੁਰੂ ਕਰਤਾ। ਅੰਗਰੇਜ਼ੀ ਸ਼ਾਸਨ ਕਾਲ ਵਿੱਚ ਚੰਗੀ ਭੂਮੀ ਵਿਵਸਥਾ ਵਿੱਚ ਬ੍ਰਿਟਿਸ਼ ਸਰਕਾਰ ਦੁਆਰਾ ਇਹ ਨਿਸ਼ਚਿਤ ਕੀਤਾ ਗਿਆ ਵੀ ਜਿਹੜਾ ਟੈਕਸ ਆ ਉਹ ਨਗਦ ਰੂਪ ਦੇ ਵਿੱਚ ਵਸੂਲਿਆ ਜਾਊਗਾ, ਪੇਮੈਂਟ ਦੇ ਵਿੱਚ ਲਿਆ ਜਾਊਗਾ ਕੈਸ਼। ਇਸ ਲਈ ਮਾਲਗੁਜ਼ਾਰ, ਜ਼ਿਮੀਂਦਾਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਵਰਗੇ ਅਫਸਰ ਕਿਸਾਨਾਂ ਕੋਲੋਂ ਨਗਦ ਰੂਪ ਦੇ ਵਿੱਚ ਹੀ ਪੈਸਾ ਲੈਣ ਲੱਗੇ। ਹੁਣ ਜੇ ਪੈਸਾ ਨਗਦ ਰੂਪ ਦੇ ਵਿੱਚ ਦੇਣਾ ਸੀ ਤਾਂ ਵਪਾਰ ਕਰਨਾ ਜ਼ਰੂਰੀ ਹੋ ਗਿਆ ਸੀ, ਜਿਸ ਕਰਕੇ ਆਪਾਂ ਕਹਿ ਸਕਦੇ ਕਿ ਇਹ ਵੀ ਕਾਰਨ ਬਣੇ ਜਿਹਦੇ ਨਾਲ ਖੇਤੀ ਦਾ ਵਣਜੀਕਰਨ ਹੋ ਗਿਆ, ਵਪਾਰੀਕਰਨ ਹੋਣਾ ਸ਼ੁਰੂ ਹੋ ਗਿਆ। ਅੱਗੇ ਵਿਚੋਲਿਆਂ ਦੀਆਂ ਸਰਗਰਮੀਆਂ, ਹਾਂਜੀ ਮਿਡਲਮੈਨ, ਖੇਤੀ ਉਪਜ ਦੇ ਬਾਜ਼ਾਰ ਦੇ ਵਿੱਚ ਵਧਣ ਦੇ ਨਾਲ ਵਿਚੋਲਿਆਂ ਦੀ ਸੰਖਿਆ ਵਿੱਚ ਵੀ ਵਾਧਾ ਹੋ ਗਿਆ, ਭਾਵ ਕਿ ਜਿਹੜੇ ਵਪਾਰ ਨੂੰ ਅੱਗੇ ਫਸਲਾਂ ਖਰੀਦ ਕੇ ਅੱਗੇ ਵੇਚਦੇ ਸੀ ਵਪਾਰੀ, ਹੇਠਲੇ ਪੇਂਡੂ ਪੱਧਰ 'ਤੇ ਵਿਚੋਲੇ ਕਿਸਾਨਾਂ ਨਾਲ ਨਗਦ ਰਕਮ ਦੇ ਵਿੱਚ ਉਹਨਾਂ ਦੇ ਫਸਲਾਂ ਦਾ ਸੌਦਾ ਕਰਦੇ ਸੀ। ਮਤਲਬ ਕਿ ਉਹਨਾਂ ਨੂੰ ਨਗਦ ਪੈਸੇ ਦੇ ਦਿੰਦੇ ਸੀ, ਫਸਲਾਂ ਦਾ ਸੌਦਾ ਕਰ ਲੈਂਦੇ ਸੀ, ਫਿਰ ਅੱਗੇ ਜਾ ਕੇ ਵੇਚ ਦਿੰਦੇ ਸੀ। ਅਤੇ ਕਦੇ ਕਦੇ ਨਗਦ ਫਸਲਾਂ ਦੀ ਖਰੀਦ ਦੇ ਵਿੱਚ ਕਿਸਾਨਾਂ ਨੂੰ ਨਗਦ ਰਕਮ ਪਹਿਲਾਂ ਵੀ ਦੇ ਦਿੰਦੇ ਸੀ, ਐਡਵਾਂਸ 'ਚ ਵੀ ਦੇ ਦਿੰਦੇ ਸੀ। ਇਹਦੇ ਵਿੱਚ ਆ ਜਾਣਗੇ ਬਾਣੀਏ,
ਮਹਾਜਨ, ਠੀਕ ਹੈ, ਰੂੰ ਜਾਂ ਅਫੀਮ ਜਾਂ ਗੰਨੇ ਦੀ ਖੇਤੀ ਲਈ ਪੇਸ਼ਗੀ, ਮਤਲਬ ਕਿ ਐਡਵਾਂਸ 'ਚ ਪੇਮੈਂਟ ਕਰ ਦਿੰਦੇ ਸੀ, ਅਤੇ ਵਿਚੋਲੇ ਦਲਾਲ ਨਗਦੀ ਫਸਲਾਂ ਉੱਤੇ ਬਾਜ਼ਾਰ 'ਚ ਕੰਟਰੋਲ ਰੱਖਦੇ ਸੀ, ਅਤੇ ਵਿਚੋਲੇ ਨਗਦੀ ਫਸਲਾਂ ਨੂੰ ਉਹਨਾਂ ਦੇ ਨਿਰਯਾਤ ਲਈ ਫਿਰ ਵਿਦੇਸ਼ੀ ਕੰਪਨੀਆਂ ਨੂੰ ਫਸਲਾਂ ਭੇਜ ਦਿੰਦੇ ਸੀ, ਜਿਹੜੇ ਪੈਦਾਵਾਰ ਹੁੰਦੀ ਸੀ, ਪ੍ਰੋਡਕਸ਼ਨ ਹੁੰਦੀ ਸੀ। ਮਤਲਬ ਕਿ ਇਹਦੇ ਵਿੱਚ ਕਿਹੜੇ ਕਿਹੜੇ ਆ ਜਾਣਗੇ, ਬਾਣੀਏ ਅਤੇ ਮਹਾਜਨ ਵਿਚੋਲੀਏ ਦੇ ਵਿੱਚ, ਅਤੇ ਇਹਨਾਂ ਕਰਕੇ ਜਿਹੜੇ ਕਿ ਉਹਨਾਂ ਨੂੰ ਨਗਦ ਫਸਲ ਉਗਾਉਣ ਲਈ ਛੇਤੀ ਨਗਦ ਪੈਸਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ, ਤਾਂ ਕਰਕੇ ਖੇਤੀ ਦਾ ਵਪਾਰੀਕਰਨ ਹੋਇਆ। ਅੱਗੇ ਆ ਜੂਗਾ ਆਵਾਜਾਈ ਦੇ ਸੰਚਾਰ ਦੇ ਜਦੋਂ ਸਾਧਨਾਂ ਦਾ ਵਿਕਾਸ ਹੋ ਗਿਆ, ਹੁਣ ਉਹਨਾਂ ਨੂੰ ਜਿਹੜੀ ਕਿ ਸਮਝ ਲੱਗ ਗਈ ਕਿ ਅਸੀਂ ਫਸਲਾਂ ਨੂੰ ਵੱਧ ਤੋਂ ਵੱਧ ਪੈਦਾ ਕਰਕੇ ਜਿਹੜੇ ਕਿ ਇਹ ਆਵਾਜਾਈ ਦੇ ਸਾਧਨਾਂ ਦਾ ਬਾਜ਼ਾਰਾਂ 'ਚ ਵੇਚ ਸਕਦੇ, ਅਤੇ ਇਹਦੇ ਨਾਲ ਜਿਹੜੇ ਕਿ ਵੱਧ ਤੋਂ ਵੱਧ ਵਣਜੀਕਰਨ ਹੋ ਗਿਆ। ਭਾਰਤ ਵਿੱਚ ਰੇਲਾਂ, ਸੜਕਾਂ, ਜਲ ਮਾਰਗਾਂ ਦੇ ਵਿਕਾਸ ਨੇ ਖੇਤੀ ਦੇ ਵਣਜੀਕਰਨ ਨੂੰ ਕਾਫੀ ਜ਼ਿਆਦਾ ਉਤਸ਼ਾਹਿਤ ਕੀਤਾ। ਆਵਾਜਾਈ ਦੇ ਆਧੁਨਿਕ ਸਾਧਨਾਂ ਜਿਵੇਂ ਰੇਲ, ਭਾਰ ਢੋਣ ਵਾਲੇ ਟਰੱਕ, ਮੋਟਰ ਬੱਸਾਂ, ਸਟੀਮਰ, ਬੇੜੀਆਂ, ਇਹਨਾਂ ਨੇ ਦੂਰ ਪਿੰਡਾਂ ਨੂੰ ਇੱਕ ਨਵੇਂ ਵਪਾਰਕ ਸ਼ਹਿਰਾਂ, ਮੰਡੀਆਂ ਅਤੇ ਬਾਜ਼ਾਰਾਂ ਨਾਲ ਜੋੜਤਾ। ਬੈਲ ਗੱਡੀਆਂ, ਹਮਾਲਾਂ ਦੀਆਂ ਪਿੱਠਾਂ ਉੱਤੇ ਮਾਲ ਢੋਇਆ ਜਾਣ ਲੱਗਿਆ ਅਤੇ ਉਹਨਾਂ ਨੂੰ ਮੰਡੀਆਂ ਤੱਕ ਲਿਜਾਇਆ ਜਾਣ ਲੱਗਿਆ। ਫਿਰ ਖਰੀਦੋ ਫਰੋਖਤ ਨਾਲ ਬਾਜ਼ਾਰ ਦੇ ਵਿੱਚ ਜਾਣ ਦਾ ਰਸਤਾ ਵੀ ਜਿਹੜਾ ਈਜ਼ੀ ਹੋ ਗਿਆ, ਅਤੇ ਜਹਾਜ਼ਾਂ ਨੇ ਵੀ ਭਾਰਤ ਤੋਂ ਬਾਹਰ ਖੇਤੀ ਪੈਦਾਵਾਰ ਨੂੰ ਛੇਤੀ ਤੋਂ ਛੇਤੀ ਦੂਜੇ ਦੇਸ਼ਾਂ ਤੱਕ ਪਹੁੰਚਾਇਆ ਜਿਹੜੀ ਪ੍ਰੋਡਕਸ਼ਨ ਸੀ, ਅਤੇ ਹੁਣ ਦੂਰ ਸਥਿਤ ਪਿੰਡਾਂ ਦੀਆਂ ਭਾਰੀਆਂ ਅਤੇ ਛੇਤੀ ਖਰਾਬ ਹੋਣ ਵਾਲੀਆਂ ਜਿਹੜੀਆਂ ਫਸਲਾਂ ਸੀ ਉਹਨਾਂ ਨੂੰ ਵੀ ਕਸਮਾਂ ਸ਼ਹਿਰਾਂ ਦੀਆਂ ਮੰਡੀਆਂ ਵਿੱਚ ਜਾ ਕੇ ਵੇਚਣਾ ਸ਼ੁਰੂ ਕਰਤਾ, ਅਤੇ ਫਸਲਾਂ ਕਲਕੱਤਾ, ਮੁੰਬਈ, ਮਦਰਾਸ, ਕਰਾਚੀ ਦੇ ਬੰਦਰਗਾਹ ਤੱਕ ਪਹੁੰਚ ਗਈਆਂ, ਅਤੇ ਜਿੱਥੋਂ ਜਹਾਜ਼ਾਂ ਦੁਆਰਾ ਫਿਰ ਵਿਦੇਸ਼ਾਂ ਨੂੰ ਜਾਣ ਲੱਗੇ, ਜਿਹਦੇ ਨਾਲ ਖੇਤੀ ਦਾ ਵਪਾਰੀਕਰਨ ਹੋਣ ਲੱਗਿਆ। ਅੱਗੇ ਮੁਦਰਾ ਦੀ ਵਰਤੋਂ, ਸਭ ਤੋਂ ਪਹਿਲਾਂ ਹੈਡਿੰਗ ਯਾਦ ਕਰ ਲੈਣੇ ਨੇ। ਪ੍ਰਾਚੀਨ ਆਤਮ ਨਿਰਭਰ ਪੇਂਡੂ ਅਵਸਥਾ ਵਿੱਚ ਫਸਲਾਂ ਨੂੰ ਨਗਦ ਉਗਾਉਣ ਦੇ ਸਮੇਂ ਅਨਾਜ ਦੀ ਕਮੀ ਦੇ ਸਮੇਂ ਬੀਜਾਂ ਅਤੇ ਅਨਾਜ ਦਾ ਵਟਾਂਦਰਾ ਹੀ ਹੁੰਦਾ ਸੀ, ਮਤਲਬ ਕਿ ਜਦੋਂ ਪਿੰਡ ਆਤਮ ਨਿਰਭਰ ਸੀ, ਫਸਲਾਂ ਵਪਾਰ ਦੇ ਪੱਖੋਂ ਨਹੀਂ ਬੀਜੀਆਂ ਜਾਂਦੀਆਂ ਸੀ, ਠੀਕ ਹੈ, ਅਤੇ ਅਨਾਜ ਦੀ ਕਮੀ ਹੁੰਦੀ ਸੀ ਤਾਂ ਬੀਜਾਂ ਅਤੇ ਅਨਾਜ ਦਾ ਹੀ ਆਪਸ ਦੇ ਵਿੱਚ ਵਟਾਂਦਰਾ ਹੁੰਦਾ ਸੀ, ਮਤਲਬ ਕਿ ਕਿਸ ਤੋਂ ਬੀਜ ਲੈ ਲੈਂਦੇ ਸੀ, ਫਿਰ ਅਨਾਜ ਦੇ ਲੈਂਦੇ ਸੀ, ਅਨਾਜ ਲੈ ਲੈਂਦੇ ਸੀ ਤਾਂ ਬੀਜ ਲੈ ਲੈਂਦੇ ਸੀ। ਵਸਤੂ ਵਟਾਂਦਰੇ ਦੇ ਵਿੱਚ ਨਿਰਧਾਰਿਤ ਮਾਤਰਾ ਵਿੱਚ ਅਨਾਜ ਦੀ ਵਰਤੋਂ ਹੁੰਦੀ ਸੀ, ਫਿਰ ਕਰੰਸੀ ਆਉਣ ਲੱਗ ਗਈ, ਪੈਸਾ ਆਉਣ ਲੱਗ ਗਿਆ। ਉਧਾਰ ਲੈਣ 'ਤੇ ਅਗਲੀ ਫਸਲ ਦੇ ਸਮੇਂ ਅਨਾਜ ਦੇ ਰੂਪ ਵਿੱਚ ਵਸਤਾਂ ਵਾਪਸ ਹੀ ਕਰ ਦਿੱਤੀਆਂ ਜਾਂਦੀਆਂ ਸੀ, ਤਾਂ ਵਸਤੂ ਵਟਾਂਦਰਾ ਦੇ ਵਿੱਚ ਅਨਾਜ ਇੱਕ ਮਾਧਿਅਮ ਸੀ, ਪਰ ਮੁਦਰਾ ਦੀ ਵੀ ਸੀਮਤ ਵਰਤੋਂ ਹੁੰਦੀ ਸੀ, ਪਰ ਜ਼ਿਆਦਾਤਰ ਇਹੀ ਸੀ। ਬਟ ਜਦੋਂ ਅੰਗਰੇਜ਼ੀ ਸ਼ਾਸਨ ਆ ਗਿਆ, ਮੰਡੀਆਂ ਬਾਜ਼ਾਰਾਂ ਦੀ ਵਿਵਸਥਾ ਹੋ ਗਈ, ਆਵਾਜਾਈ ਦੇ ਸਾਧਨ ਹੋ ਗਏ, ਕਿਸਾਨ, ਸ਼ਿਲਪਕਾਰੀ, ਕਾਰੀਗਰਾਂ, ਮਜ਼ਦੂਰਾਂ, ਪਿੰਡ ਦੇ ਦੂਜੇ ਵਿਅਕਤੀਆਂ ਨੂੰ ਵੀ ਲੈਣ ਦੇਣ ਅਤੇ ਉਧਾਰ ਦੇ ਵਿੱਚ ਸਿੱਕਿਆਂ ਦੀ ਵਰਤੋਂ ਕਰਨੀ ਸ਼ੁਰੂ ਕਰਤੀ ਉਹਨਾਂ ਨੇ, ਤਾਂ ਸ਼ਾਹੂਕਾਰ ਮੁਦਰਾ ਜਾਂ ਸਿੱਕੇ ਰੂਪ ਦੇ ਵਿੱਚ ਨਗਦ ਕਰਜ਼ਾ ਦੇਣ ਲੱਗੇ, ਉਹਨਾਂ 'ਤੇ ਵਿਆਜ ਦੀ ਰਕਮ ਵੀ ਦੇਣ ਲੱਗੇ, ਤਾਂ ਵਾਪਸ ਕਰਨ ਸਮੇਂ ਵੀ ਜਿਹੜੀ ਮੁਦਰਾ ਦੇ ਵਿੱਚ ਹੀ ਵਿਆਜ ਹੁੰਦਾ ਸੀ, ਤਾਂ ਜਿਹਦੇ ਨਾਲ ਕਿਸਾਨਾਂ ਨੂੰ ਕੀ ਹੋ ਗਿਆ ਵੀ ਮੁਦਰਾ ਦੀ ਜਦੋਂ ਜ਼ਿਆਦਾ ਵਰਤੋਂ ਹੋਣ ਲੱਗੀ ਤਾਂ ਉਹਨਾਂ ਨੇ ਜਿਹੜੇ ਕਿ ਖੇਤੀ ਦਾ ਵਪਾਰੀਕਰਨ ਕਰਨਾ ਸ਼ੁਰੂ ਕਰਤਾ। ਮਤਲਬ ਕਿ ਸਾਰੇ ਕਾਰਨ ਨੇ ਵੈਸੇ। ਅੱਗੇ ਹੈ ਬ੍ਰਿਟਿਸ਼ ਸਰਕਾਰ ਦੀ ਨੀਤੀ, ਖੇਤੀ ਉਪਜਾਂ ਦਾ ਨਿਰਯਾਤ, ਨਿਰਯਾਤ ਮਤਲਬ ਕਿ ਬਾਹਰ ਭੇਜਣਾ, ਵੱਧ ਤੋਂ ਵੱਧ ਵਧਾਉਣ ਦੇ ਵਿੱਚ ਬ੍ਰਿਟਿਸ਼ ਸਰਕਾਰ ਦੀ ਵੀ ਕਾਫੀ ਜ਼ਿਆਦਾ ਭੂਮਿਕਾ ਸੀ। ਬ੍ਰਿਟਿਸ਼ ਸਰਕਾਰ ਨੇ ਜਿਹੜੇ ਖੇਤੀ ਖੇਤਰਾਂ ਸੀ ਉਹਨਾਂ ਨੂੰ ਬੰਦਰਗਾਹ ਦੇ ਨਾਲ ਜੋੜਤਾ, ਇਸੇ ਉਦੇਸ਼ ਦੇ ਨਾਲ ਜੋੜਨਾ ਸ਼ੁਰੂ ਕੀਤਾ, ਜਿਹਦੇ ਨਾਲ ਉਹਨਾਂ ਨੇ ਫਿਰ ਭਾਰਤ ਦੇ ਵਿੱਚ ਰੇਲਾਂ ਨਿਰਮਾਣ ਕਰਵਾਇਆ, ਮਤਲਬ ਕਿ ਰੇਲਾਂ ਦਾ ਨਿਰਮਾਣ ਵੀ ਤਾਂ ਹੀ ਕਰਵਾਇਆ ਸੀ ਤਾਂ ਕਿ ਉਹ ਜਿਹੜੇ ਕਿ ਖੇਤੀ ਖੇਤਰ ਨੇ ਜਿਹੜੇ ਉਹਨਾਂ ਨੂੰ ਬੰਦਰਗਾਹ ਨਾਲ ਜੋੜ ਸਕਣ, ਫਿਰ ਬੰਦਰਗਾਹ ਤੋਂ ਜਹਾਜ਼ਾਂ ਰਾਹੀਂ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਪ੍ਰੋਡਕਸ਼ਨ ਭੇਜੀ ਜਾਵੇ। ਰੇਲ ਕਿਰਾਇਆ ਵੀ ਇਸੇ ਤਰ੍ਹਾਂ ਫਿਕਸ ਕੀਤਾ ਗਿਆ ਕਿ ਕੱਚਾ ਮਾਲ ਉਹਨਾਂ ਸ਼ਹਿਰਾਂ ਵਿੱਚ ਅਤੇ ਉੱਥੋਂ ਬੰਦਰਗਾਹ ਦੇ ਵਿੱਚ ਆਸਾਨੀ ਨਾਲ ਸਸਤੀਆਂ ਕੀਮਤਾਂ 'ਤੇ ਪਹੁੰਚਾ ਜਾ ਸਕੇ, ਅਤੇ ਇੱਕ ਹੀ ਰੇਲ ਮਾਰਗ 'ਤੇ ਉਦਯੋਗਿਕ ਉਤਪਾਦਨ ਲਈ ਖੇਤੀ ਉਤਪਾਦਨਾਂ ਦੀ ਤੁਲਨਾ ਵਿੱਚ ਕਿਰਾਇਆ ਰੱਖਿਆ ਗਿਆ, ਠੀਕ ਹੈ, ਅਤੇ ਇਹਦੇ ਨਾਲ ਖੇਤੀ ਪੈਦਾਵਾਰ ਦਾ ਵੀ ਨਿਰਯਾਤ ਵਧਿਆ।
ਅਤੇ 1860 ਈਸਵੀ ਤੋਂ ਬਾਅਦ ਭਾਰਤ ਸਰਕਾਰ ਦੀ ਆਰਥਿਕ ਨੀਤੀ ਇਹ ਸੀ ਕਿ ਨਗਦ ਫਸਲਾਂ ਅਤੇ ਖੇਤੀ ਉਪਜਾਂ ਨੂੰ ਵਧਾਉਣ ਲਈ ਭਾਰਤ ਨੂੰ ਸਹੂਲਤ ਦਿੱਤੀ ਜਾਵੇ। ਉਹਨਾਂ ਦਾ ਟੀਚਾ ਸੀ ਕਿ ਭਾਰਤ ਲਈ ਸੁਭਾਵਿਕ ਸਹੂਲਤ ਹੈ ਕਿ ਖੇਤੀ ਉਪਜ ਦੇ ਵਿੱਚ ਵਾਧਾ ਕਰਨਾ, ਮਤਲਬ ਕਿ ਇਹੀ ਟੀਚਾ ਰੱਖਿਆ ਗਿਆ ਕਿ ਖੇਤੀ ਪ੍ਰੋਡਕਸ਼ਨ ਦੇ ਵਿੱਚ ਵਾਧਾ ਕੀਤਾ ਜਾਵੇ ਤਾਂ ਜਿਹਦੇ ਨਾਲ ਭਾਰਤ ਦਾ ਵਿਦੇਸ਼ੀ ਵਪਾਰ ਵਧੂਗਾ ਅਤੇ ਫਿਰ ਇਹਨਾਂ ਨਾਲ ਆਮਦਨ ਵੀ ਵਧੂਗੀ ਅਤੇ ਇਸ ਲਈ ਭਾਰਤ ਤੋਂ ਨਿਰਯਾਤ ਹੋਣ ਵਾਲੇ ਖੇਤੀ ਉਪਜਾਂ 'ਤੇ ਕੋਈ ਟੈਕਸ ਨਹੀਂ ਲਗਾਇਆ ਗਿਆ। ਮਤਲਬ ਕਿ ਇਹਦੇ ਵਿੱਚ ਵੀ ਬ੍ਰਿਟਿਸ਼ ਸਰਕਾਰ ਦੀ ਪੋਲਿਸੀ ਸੀ। ਅੱਗੇ ਸਰਕਾਰ ਦੀ ਦਖਲਅੰਦਾਜ਼ੀ ਖੇਤੀ ਦੇ ਵਿੱਚ ਵਣਜੀਕਰਨ ਅਫੀਮ ਨੀਲ ਪਟਸਨ ਤੋਂ ਸ਼ੁਰੂ ਹੋਇਆ, ਬਾਅਦ ਦੇ ਵਿੱਚ ਇਹ ਕਪਾਹ ਅਤੇ ਚਾਹ ਦੇ ਵਿੱਚ ਵੀ ਜੁੜ ਗਿਆ ਵਪਾਰੀਕਰਨ। ਮਤਲਬ ਕਿ ਪਹਿਲਾਂ ਤਾਂ ਅਫੀਮ ਨੀਲ ਪਟਸਨ ਦਾ ਹੀ ਵਪਾਰ ਹੁੰਦਾ ਸੀ, ਬਾਅਦ ਦੇ ਵਿੱਚ ਚਾਹ ਦਾ ਵਪਾਰ ਹੋਣ ਲੱਗ ਗਿਆ, ਕਪਾਹ ਦਾ ਹੋਣ ਲੱਗ ਗਿਆ। ਅਫੀਮ ਅਤੇ ਨੀਲ ਦੀ ਖੇਤੀ ਦੇ ਕਿਸ ਰੂਪ ਦੇ ਵਿੱਚ ਕੀਤੀ ਜਾਵੇ ਇਹਦਾ ਫੈਸਲਾ ਕਿਸਾਨਾਂ ਦੀ ਬਜਾਏ ਸਰਕਾਰ ਕਰਦੀ ਸੀ ਵੀ ਕਿਵੇਂ ਪੈਦਾ ਕਰਨੀ ਹੈ, ਅਤੇ ਸਰਕਾਰ ਮਾਲੀਏ ਦੀ ਲੋੜਾਂ ਦੇ ਹਿਸਾਬ ਨਾਲ ਬ੍ਰਿਟੇਨ ਦੀਆਂ ਮੰਗਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਦੱਸਦੀ ਸੀ ਕਿਹੜੀ ਫਸਲ ਪੈਦਾ ਕਰਨੀ ਹੈ, ਕਿਹੜੀ ਫਸਲ ਨਹੀਂ ਪੈਦਾ ਕਰਨੀ, ਅਤੇ ਇਹਨਾਂ ਫਸਲਾਂ 'ਤੇ ਸਰਕਾਰ ਦੀ ਸਖ਼ਤ ਨਿਗਰਾਨੀ ਹੁੰਦੀ ਸੀ, ਇਹਨਾਂ ਉੱਪਰ ਉਹਨਾਂ ਨੇ ਆਪਣਾ ਇੱਕ ਅਧਿਕਾਰ ਸਥਾਪਿਤ ਕੀਤਾ ਹੋਇਆ ਸੀ। ਸਰਕਾਰੀ ਦਖਲਅੰਦਾਜ਼ੀ ਨਾਲ ਕੁਝ ਫਸਲਾਂ ਦਾ ਜ਼ਬਰਦਸਤੀ ਵਣਜੀਕਰਨ ਵੀ ਕੀਤਾ ਗਿਆ, ਮਤਲਬ ਕਿ ਕਈ ਕਿਸਾਨਾਂ ਨੂੰ ਜ਼ਬਰਦਸਤੀ ਵੀ ਫਸਲ ਪੈਦਾ ਕਰਨ ਲਈ ਕਿਹਾ ਗਿਆ, ਜਿਵੇਂ ਨੀਲ ਦੀ ਖੇਤੀ ਵਗੈਰਾ ਹੋ ਗਿਆ। ਅਤੇ ਸਰਕਾਰੀ ਦਖਲਅੰਦਾਜ਼ੀ ਨਾਲ ਕੁਝ ਫਸਲਾਂ ਦਾ ਜ਼ਬਰਦਸਤੀ ਵਣਜੀਕਰਨ ਕੀਤਾ ਗਿਆ ਅਤੇ ਨੀਲ ਦੀ ਫਸਲ ਅਤੇ ਚਾਹ ਦੇ ਬਾਗਾਂ 'ਤੇ ਯੂਰਪੀਅਨ ਮਾਲਕਾਂ ਦਾ ਕੰਟਰੋਲ ਸੀ ਅਤੇ ਨੀਲ ਦੀ ਖੇਤੀ ਕਰਨ ਵਾਲੇ ਕਿਸਾਨ ਚਾਹ ਦੇ ਬਾਗਾਂ ਦੇ ਮਜ਼ਦੂਰ ਦਾਸ ਦੇ ਰੂਪ ਦੇ ਵਿੱਚ ਕੰਮ ਕਰਦੇ ਸੀ। ਸੰਮਤੀ ਪ੍ਰਥਾ ਦੀਆਂ ਤਕਲੀਫਾਂ ਦਮਨ ਅਤੇ ਜ਼ੁਲਮ ਸਹਿੰਦੇ ਰਹਿੰਦੇ ਸੀ ਕਿਸਾਨ, ਅਤੇ ਨੀਲ ਦੀ ਖੇਤੀ ਵਿੱਚ ਛੋਟੀ ਕਿਸਾਨ ਅਰਥ ਵਿਵਸਥਾ ਜ਼ਿੰਮੀਦਾਰੀ ਜਾਂ ਸੰਮਤੀ ਪ੍ਰਥਾ ਨਾਲ ਨਾਲ ਚੱਲਦੀਆਂ ਰਹੀਆਂ ਅਤੇ ਖੇਤੀ ਦੀ ਵਣਜੀਕਰਨ ਦੀ ਸ਼ੁਰੂਆਤ ਅਤੇ ਵਿਸਥਾਰ ਨਾਲ ਜ਼ਿਮੀਦਾਰ ਸ਼ਾਹੂਕਾਰ ਦਲਾਲ ਵਪਾਰੀ ਆੜ੍ਹਤੀਏ ਇਹਨਾਂ ਸਾਰੇ ਵਰਗਾਂ ਦੀ ਸਥਾਪਨਾ ਹੋ ਗਈ। ਇਸ ਵਰਗ ਨੇ ਪੇਂਡੂ ਅਤੇ ਕਿਸਾਨਾਂ ਦਾ ਸ਼ੋਸ਼ਣ ਕੀਤਾ। ਹੁਣ ਇਹ ਸੀ ਜਿਹੜਾ ਵਣਜੀਕਰਨ ਵਪਾਰੀਕਰਨ ਕਿਉਂ ਹੋਇਆ, ਕੀ ਕਾਰਨ ਸੀ। ਪਹਿਲਾਂ ਲਗਾਉਣ ਦੀ ਨਗਦ ਟੈਕਸ ਦੀ ਨਗਦੀ ਰੂਪ ਦੇ ਵਿੱਚ ਅਦਾਇਗੀ, ਵਿਚੋਲਿਆਂ ਦੀਆਂ ਸਰਗਰਮੀਆਂ, ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਦਾ ਵਿਕਾਸ, ਮੁਦਰਾ ਦੀ ਵਰਤੋਂ, ਬ੍ਰਿਟਿਸ਼ ਸਰਕਾਰ ਦੀ ਨੀਤੀ, ਸਰਕਾਰ ਦੀ ਦਖਲਅੰਦਾਜ਼ੀ। ਹੁਣ ਇਹਦੇ ਪ੍ਰਭਾਵ ਕੀ ਨਿਕਲੇ, ਸਿੱਟੇ ਕੀ ਨਿਕਲੇ, ਨਤੀਜੇ, ਪ੍ਰਭਾਵ, ਸਿੱਟੇ, ਨਤੀਜੇ। ਪਹਿਲਾਂ ਕੀ ਹੋ ਗਿਆ, ਪਿੰਡਾਂ ਦੀ ਜਿਹੜੀ ਅਰਥ ਵਿਵਸਥਾ ਸੀ ਆਤਮ ਨਿਰਭਰਤਾ ਵਾਲੀ ਉਹ ਖਤਮ ਹੋ ਗਈ, ਕਿਉਂਕਿ ਪਹਿਲਾਂ ਤਾਂ ਆਤਮ ਨਿਰਭਰਤਾ ਹੁੰਦੀ ਹੈ ਕਿ ਪਿੰਡ ਦੇ ਵਿੱਚ ਹੀ ਪਿੰਡ ਸਾਰੀ ਚੀਜ਼ ਜ਼ਰੂਰਤ ਪੂਰੀ ਕਰ ਲੈਣੀ, ਬਟ ਹੁਣ ਇਹ ਵਿਦੇਸ਼ਾਂ ਦੇ ਵਿੱਚ ਜਾਣ ਲੱਗ ਗਈ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਜਾਣ ਲੱਗ ਗਈ, ਤਾਂ ਜਿਹਦੇ ਕਰਕੇ ਆਤਮ ਨਿਰਭਰਤਾ ਖਤਮ ਹੋ ਗਈ। ਠੀਕ ਹੈ, ਅਤੇ ਖੇਤੀ ਇਹ ਹੁਣ ਖੇਤੀ ਉਤਪਾਦਨ ਦੇ ਉਪਭੋਗਤਾ ਜ਼ਰੂਰਤਾਂ ਕੀਮਤਾਂ ਦੇ ਅਨੁਰੂਪ ਸਾਰੇ ਬਾਜ਼ਾਰ ਮੰਡੀਆਂ ਵਿੱਚ ਜਾਣ ਲੱਗ ਪਈਆਂ। ਠੀਕ ਹੈ, ਜਿਹਦੇ ਨਾਲ ਫਸਲਾਂ ਜਿਵੇਂ ਰੂੰ, ਜੂਟ, ਪੋਸਤ, ਫੀਮ, ਚਾਹ, ਕੌਫੀ, ਤੰਬਾਕੂ, ਨੀਲ, ਇਹਨਾਂ ਦੀਆਂ ਕੀਮਤਾਂ ਵੀ ਵਿਸ਼ਵ ਬਾਜ਼ਾਰ ਦੇ ਵਿੱਚ ਪ੍ਰਚਲਿਤ ਕੀਮਤਾਂ 'ਤੇ ਨਿਰਧਾਰਿਤ ਹੋਣ ਲੱਗੀਆਂ, ਅਤੇ ਸੰਸਾਰ ਦੀ ਅਰਥ ਵਿਵਸਥਾ ਦਾ ਪ੍ਰਭਾਵ ਪਿੰਡ ਦੀਆਂ ਫਸਲਾਂ 'ਤੇ ਪਿਆ। ਅਤੇ ਇਸ ਵਣਜੀਕਰਨ ਦੇ ਇੱਕ ਹੋਰ ਪਹਿਲੂ ਇਹ ਆ ਕਿ ਕਿਸਾਨਾਂ ਨੂੰ ਆਪਣੀਆਂ ਘਰੇਲੂ ਲੋੜਾਂ ਦੀ ਪੂਰਤੀ ਲਈ ਵੀ ਬਾਹਰਲੀਆਂ ਬਸਤੀਆਂ 'ਤੇ ਨਿਰਭਰ ਰਹਿਣਾ ਪੈ ਗਿਆ। ਅੱਗੇ ਆਜੂਗਾ ਨਗਦੀ ਫਸਲਾਂ ਵਿੱਚ ਵਾਧਾ। ਹਾਂਜੀ, ਪ੍ਰਭਾਵ ਅਗਲਾ ਕੀ ਹੋ ਗਿਆ, ਮੰਡੀਆਂ ਅਤੇ ਬਾਜ਼ਾਰਾਂ ਦੇ ਵਿੱਚ ਉਸੇ ਵੇਲੇ ਵਿਕਣ ਵਾਲੀਆਂ ਜਿਹੜੀਆਂ ਫਸਲਾਂ ਸੀ, ਜਿਵੇਂ ਫਸਲਾਂ ਦੀ ਮੰਗ ਉਹ ਵਧਣੀ ਸ਼ੁਰੂ ਹੋ ਗਈ, ਅਤੇ ਇਹਨਾਂ ਤੋਂ ਪ੍ਰਾਪਤ ਹੋਣ ਵਾਲੇ ਲਾਭ ਦਾ ਸਿੱਟੇ ਹੋ ਗਿਆ ਕਿ ਕਪਾਹ, ਜੂਟ, ਤਿਲਹਣ, ਗੰਨਾ, ਤੰਬਾਕੂ, ਨੀਲ, ਚਾਹ ਵਰਗੀਆਂ ਨਗਦ ਫਸਲਾਂ ਦੀ ਖੇਤੀ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਗਿਆ, ਕਿਉਂਕਿ ਇਹਨਾਂ ਦੀ ਜ਼ਿਆਦਾ ਡਿਮਾਂਡ ਵੱਧ ਗਈ। ਅਤੇ ਇਹਨਾਂ ਫਸਲਾਂ ਨੂੰ ਉਗਾਉਣ ਲਈ ਵੀ ਨਵੀਂ ਤੋਂ ਨਵੀਂ ਖੇਤੀ ਯੋਗ ਭੂਮੀ ਦੀ ਵਰਤੋਂ ਕੀਤੀ ਗਈ, ਖੇਤੀ ਦੀ ਸੰਖਿਆ ਵਧੀ ਖੇਤਾਂ ਦੀ, ਕੁਝ ਖਾਸ ਪਿੰਡਾਂ ਅਤੇ ਥਾਵਾਂ 'ਤੇ ਖਾਸ ਕਿਸਮ ਦੀ ਫਸਲ ਪੈਦਾ ਕਰਨ ਦੀਆਂ ਪ੍ਰਵਿਰਤੀਆਂ ਚਲਾਈਆਂ ਗਈਆਂ ਵੀ ਕਿਵੇਂ ਕਿਵੇਂ ਫਸਲ ਪੈਦਾ ਕਰਨੀ ਹੈ। ਹਰੇਕ ਖੇਤੀ ਖੇਤਰ ਦੇ ਵਿੱਚ ਉਹਨਾਂ ਫਸਲਾਂ ਦੇ ਉਤਪਾਦਨ 'ਤੇ ਹੀ ਜ਼ੋਰ ਦਿੱਤਾ ਗਿਆ, ਜਿਹੜੀ ਉਹਨਾਂ ਦੇ ਅਕੋਰਡਿੰਗ ਮਿੱਟੀ, ਪੌਣ ਪਾਣੀ, ਸਥਿਤੀ ਦੇ ਢੁੱਕਵੀਂ ਹੁੰਦੀ ਸੀ। ਅੱਗੇ ਆਜੂਗਾ ਨਵੀਆਂ ਫਸਲਾਂ ਦਾ ਉਤਪਾਦਨ ਅਤੇ ਆਮਦਨ ਦੇ ਵਿੱਚ ਵਾਧਾ। ਹਾਂਜੀ, ਨਗਦੀ ਫਸਲਾਂ ਦੀ ਲਗਾਤਾਰ ਜਦੋਂ ਮੰਗ ਵਧਣ ਦੇ ਕਰਕੇ ਕਿਸਾਨਾਂ ਵਿੱਚ ਨਵੀਆਂ ਨਵੀਆਂ ਫਸਲਾਂ ਪੈਦਾ ਕਰਨ ਦਾ ਵੀ ਉਤਸ਼ਾਹ ਪੈਦਾ ਹੋਣ ਲੱਗ ਗਿਆ,
ਅਤੇ ਸਿੰਚਾਈ ਦੇ ਨਵੇਂ ਸਾਧਨਾਂ ਦਾ ਵਿਕਾਸ ਹੋ ਗਿਆ, ਨਵੀਂ ਕਿਸਮ ਦੀਆਂ ਖਾਦਾਂ, ਸੁਧਰੇ ਹੋਏ ਉੱਤਮ ਬੀਜਾਂ ਦੀ ਵਰਤੋਂ ਹੋਣ ਲੱਗੀ ਅਤੇ ਹੁਣ ਕਿਸਾਨ ਖੇਤਾਂ ਵਿੱਚ ਇੱਕ ਤੋਂ ਵੱਧ ਫਸਲ ਵੀ ਪੈਦਾ ਕਰਨ ਲੱਗ ਗਏ। ਇੱਕ ਪਾਸੇ ਕਿਸਾਨਾਂ ਨੇ ਇਹਨਾਂ ਫਸਲਾਂ ਦੇ ਉਤਪਾਦਨ ਦੇ ਵਿੱਚ ਲਗਾਤਾਰ ਵਾਧਾ ਅਤੇ ਦੂਜੇ ਪਾਸੇ ਮੰਡੀਆਂ ਵਿੱਚ ਇਹਨਾਂ ਦੀ ਫਸਲਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਣ ਦੇ ਨਾਲ ਨਾਲ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਹੋਇਆ ਅਤੇ ਆਮਦਨ ਦੇ ਵਾਧੇ ਦਾ ਲਾਭ ਕੁਛ ਅਮੀਰਾਂ ਜ਼ਿਮੀਂਦਾਰਾਂ ਕਿਸਾਨਾਂ ਨੂੰ ਵੀ ਹੋਇਆ ਜਿਨ੍ਹਾਂ ਨਾਲ ਜਿਨ੍ਹਾਂ ਕੋਲ ਜ਼ਿਆਦਾ ਜ਼ਮੀਨ ਸੀ ਅਤੇ ਸਧਾਰਨ ਕਿਸਾਨਾਂ ਦੀ ਸਥਿਤੀ ਪਹਿਲਾਂ ਦੀ ਤਰ੍ਹਾਂ ਹੀ ਰਹੀ ਕਿਉਂਕਿ ਜਿਨ੍ਹਾਂ ਕੋਲ ਵੱਧ ਜ਼ਮੀਨ ਸੀ ਉਹਨਾਂ ਦੀ ਪੈਦਾਵਾਰ ਜਦੋਂ ਵੱਧ ਗਈ ਤਾਂ ਉਹਦੇ ਨਾਲ ਇਨਕਮ ਵੀ ਵੱਧ ਗਈ। ਅੱਗੇ ਮੂਲ ਨਿਰਭਰਤਾ, ਮੁੱਲ ਨਿਰਭਰਤਾ, ਮੁੱਲ ਨਿਰਭਰਤਾ, ਹਾਂਜੀ, ਖੇਤੀ ਦੇ ਵਣਜੀਕਰਨ ਨਾਲ ਫਸਲਾਂ ਦੇ ਮੁੱਲ ਦੇ ਆਧਾਰ 'ਤੇ ਖੇਤੀਯੋਗ ਭੂਮੀ ਦੀ ਵਰਤੋਂ ਹੋਣ ਲੱਗੀ, ਮਤਲਬ ਕਿ ਜਿਹੜੀ ਫਸਲ ਆ ਉਹਦੀ ਕੀਮਤ ਦੇ ਅਕੋਰਡਿੰਗ ਉਹਦੀ ਖੇਤੀਯੋਗ ਭੂਮੀ ਉਹਦੀ ਵੀ ਵਰਤੋਂ ਹੋਣ ਲੱਗੀ ਵੀ ਇਹ ਜਿਵੇਂ ਇਹ ਜ਼ਿਆਦਾ ਜਿਵੇਂ ਜਿਹੜੀ ਕਾਲੀ ਮਿੱਟੀ ਉਹ ਕਪਾਹ ਲਈ ਉੱਤਮ ਹੋ ਗਈ ਐਵੇਂ ਸਾਰੀਆਂ। ਕਿਸੇ ਖੇਤੀ ਦੀ ਉਪਜ ਦੀ ਬਾਜ਼ਾਰ ਦਰ ਵਧਣ ਦੇ ਨਾਲ ਵਧੇਰੇ ਕਿਸਾਨ ਉਸਦੇ ਵੱਲ ਹੀ ਝੁਕਦੇ ਰਹੇ, ਮਤਲਬ ਕਿ ਜਿਹੜੀ ਫਸਲ ਦੀ ਜ਼ਿਆਦਾ ਕੀਮਤ ਸੀ ਕਿਸਾਨ ਵੀ ਉਹਦੇ ਵੱਲ ਹੀ ਝੁਕਦੇ ਰਹੇ ਅਤੇ ਉਹ ਖਾਸ ਫਸਲ ਨੂੰ ਹੀ ਉਗਾਉਂਦੇ ਰਹੇ। ਇਸ ਤੋਂ ਉਲਟ ਫਸਲ ਦੀ ਕੀਮਤ ਡਿੱਗਣ ਦੇ ਕਰਕੇ ਉਸ ਫਸਲ ਦੀ ਖੇਤੀ ਵਿੱਚ ਵੀ ਕਮੀ, ਮਤਲਬ ਕਿ ਜਿਹੜੀ ਫਸਲ ਦੀ ਕੀਮਤ ਨੀਵੀਂ ਸੀ ਉਹ ਫਸਲ ਦੀ ਪੈਦਾਵਾਰ ਵੀ ਘੱਟ ਗਈ, ਜਿਹਦੀ ਕੀਮਤ ਉੱਚੀ ਸੀ ਉਹਦੀ ਫਸਲ ਦੀ ਪੈਦਾਵਾਰ ਵੀ ਵੱਧ ਗਈ। ਜਿਵੇਂ ਸਰੋਂ, ਆਲੂ, ਲਸਣ, ਧਨੀਆ, ਮੂੰਗਫਲੀ ਦੀਆਂ ਫਸਲਾਂ ਦੇ ਵਿੱਚ ਆਮ ਹੁੰਦਾ ਇਹ, ਠੀਕ ਹੈ। ਅਤੇ ਇਸ ਤਰ੍ਹਾਂ ਮੁੱਲ ਨਿਰਭਰਤਾ ਇਹ ਸੰਕੇਤ ਕਰਦੀ ਕਿ ਖੇਤੀ ਪ੍ਰਾਚੀਨ ਹਾਂਜੀ ਇਸ ਤਰ੍ਹਾਂ ਮੁੱਲ ਨਿਰਭਰਤਾ ਇਹ ਆਪਾਂ ਨੂੰ ਸੰਕੇਤ ਕਰਦੀ ਹੈ ਕਿ ਖੇਤੀ ਪ੍ਰਾਚੀਨ ਪਰੰਪਰਾਗਤ ਪ੍ਰਣਾਲੀ ਨਾਲ ਨਹੀਂ ਚੱਲ ਰਹੀ ਸੀ, ਸਗੋਂ ਇਹ ਕਿਹਦੇ ਅਕੋਰਡਿੰਗ ਚੱਲ ਰਹੀ ਸੀ, ਬਾਜ਼ਾਰ ਦੀਆਂ ਕੀਮਤਾਂ ਦੇ ਅਕੋਰਡਿੰਗ, ਮਤਲਬ ਕਿ ਜਿਹਦੀ ਬਾਜ਼ਾਰ ਦੇ ਵਿੱਚ ਜ਼ਿਆਦਾ ਕੀਮਤ ਸੀ ਉਹ ਜ਼ਿਆਦਾ ਫਸਲ ਪੈਦਾ ਹੁੰਦੀ ਸੀ, ਜਿਹਦੇ ਵਿੱਚ ਬਾਜ਼ਾਰ 'ਚ ਜਿਹੜੀ ਫਸਲ ਦੀ ਕੀਮਤ ਡਾਊਨ ਸੀ ਉਹ ਘੱਟ ਫਸਲ ਪੈਦਾ ਹੁੰਦੀ ਸੀ। ਅੱਗੇ ਆਜੂਗਾ ਨਵਾਂ ਸਮਾਜਿਕ ਵਰਗੀਕਰਨ। ਆਤਮ ਨਿਰਭਰ ਸਮਾਜ ਦੇ ਵਿੱਚ ਅਰਥ ਵਿਵਸਥਾ ਦਾ ਇੱਕ ਆਧਾਰ ਕਿਰਤ ਵੰਡ ਸੀ, ਪਰ ਹੁਣ ਇਹ ਵਿਵਸਾਇਕ ਖੇਤੀ ਨਾਲ ਅਤੇ ਆਮਦਨ ਜ਼ਿਆਦਾ ਹੋਣ ਦੇ ਨਾਲ ਪਿੰਡਾਂ ਦੇ ਸਮਾਜ ਦੇ ਵਿੱਚ ਨਵੇਂ ਵਰਗੀਕਰਨ ਪੈਦਾ ਹੋ ਗਿਆ। ਇੱਕ ਨਵਾਂ ਵਰਗੀਕਰਨ ਇੱਕ ਧਨ ਸੰਪੱਤੀ ਮਾਲਕੀ ਅਤੇ ਮਾਲਕੀਅਤ ਦੇ ਆਧਾਰ 'ਤੇ ਹੋਇਆ, ਮਤਲਬ ਕਿ ਇੱਕ ਕੋਲ ਜਿਨ੍ਹਾਂ ਕੋਲ ਧਨ ਸੰਪੱਤੀ ਹੋ ਗਈ, ਇੱਕ ਜਿਨ੍ਹਾਂ ਕੋਲ ਮਾਲਕੀਅਤ ਹੋ ਗਈ। ਹੁਣ ਪੇਂਡੂ ਖੇਤਰਾਂ ਵਿੱਚ ਜ਼ਿਮੀਂਦਾਰ, ਤਾਲੁਕੇਦਾਰ, ਅਮੀਰ ਕਿਸਾਨ, ਖੇਤੀ ਕਰਨ ਵਾਲੇ ਸਧਾਰਨ ਕਿਸਾਨ, ਵਿਚੋਲੀਏ, ਫਸਲ ਖਰੀਦਣ ਵਾਲੇ ਮਹਾਜਣ, ਬਾਣੀਏ, ਕਰਜ਼ਾ ਦੇਣ ਵਾਲੇ ਸ਼ਾਹੂਕਾਰ, ਗੱਲਾ ਵਪਾਰੀ, ਖੇਤ ਮਜ਼ਦੂਰ, ਭੂਮੀਹੀਨ ਮਜ਼ਦੂਰ, ਬੰਧੂਆ ਮਜ਼ਦੂਰ, ਇਹ ਸਾਰੇ ਵਰਗ ਬਣ ਗਏ, ਠੀਕ ਹੈ। ਅਤੇ ਇਹਨਾਂ ਵਿੱਚ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਅਤੇ ਬੰਧੂਆ ਮਜ਼ਦੂਰਾਂ ਦੀ ਸੰਖਿਆ ਜ਼ਿਆਦਾ ਵੱਧ ਗਈ ਅਤੇ ਇਹਨਾਂ ਦੀ ਦਰਿੱਦਰਤਾ ਵੀ ਜ਼ਿਆਦਾ ਵੱਧ ਗਈ, ਮਤਲਬ ਕਿ ਕਿਉਂਕਿ ਇਹਨਾਂ ਨੂੰ ਸਾਰਾ ਦਿਨ ਕੰਮ ਕਰਨਾ ਪੈਂਦਾ ਸੀ ਅਤੇ ਬਦਲੇ ਵਿੱਚ ਇਹਨਾਂ ਨੂੰ ਬਹੁਤ ਘੱਟ ਪੇਮੈਂਟ ਮਿਲਦੀ ਸੀ ਅਤੇ ਬੰਧੂਆ ਮਜ਼ਦੂਰਾਂ ਦਾ ਜੀਵਨ ਦਾਸਾਂ ਦੀ ਤਰ੍ਹਾਂ ਹੋ ਗਿਆ ਅਤੇ ਉਹਨਾਂ ਦੀ ਹਾਲਤ ਤਰਸਯੋਗ ਹੋ ਗਈ। ਅੱਗੇ ਖੇਤੀ ਦਾ ਬਸਤੀਵਾਦੀ ਸਰੂਪ। ਭਾਰਤ ਤੋਂ ਨਗਦੀ ਫਸਲਾਂ ਬ੍ਰਿਟੇਨ ਦੇ ਵਿੱਚ ਅਤੇ ਯੂਰਪ ਦੇ ਦੂਜੇ ਹਿੱਸਿਆਂ ਨੂੰ ਭੇਜੀਆਂ ਜਾਣ ਲੱਗੀਆਂ ਜਿਹਦੇ ਨਾਲ ਖੇਤੀ ਉਦਯੋਗ ਧੰਦਿਆਂ 'ਤੇ ਨਿਰਭਰ ਹੋ ਗਈ, ਠੀਕ ਹੈ, ਖੇਤੀ ਉਦਯੋਗਿਕ ਧੰਦਿਆਂ 'ਤੇ ਡਿਪੈਂਡ ਹੋ ਗਈ। ਅਤੇ ਹੁਣ ਭਾਰਤੀ ਖੇਤੀ ਉਤਪਾਦਨ ਨਾਲ ਪੱਛਮੀ ਦੇਸ਼ਾਂ ਦੀਆਂ ਲੋੜਾਂ ਦੀ ਪੂਰਤੀ ਹੋਣ ਲੱਗੀ, ਮਤਲਬ ਕਿ ਪੱਛਮੀ ਦੇਸ਼ ਆ ਜਿਹੜੇ ਕਿ ਭਾਰਤ ਦੇ ਖੇਤੀ ਦੀ ਪੈਦਾਵਾਰ ਸੀ ਜਿਹੜੀ ਉਹਦੇ ਨਾਲ ਆਪਣੀ ਜ਼ਰੂਰਤਾਂ ਪੂਰਨ ਕਰਨ ਲੱਗੀ। ਜੋ ਜਹਾਜ਼ ਭਾਰਤ ਤੋਂ ਖੇਤੀ ਉਪਜ ਅਤੇ ਕੱਚਾ ਮਾਲ ਬ੍ਰਿਟੇਨ ਦੇ ਉਦਯੋਗਾਂ, ਮਿੱਲਾਂ, ਕਾਰਖਾਨੇ ਲਈ ਲੈ ਕੇ ਜਾਂਦੇ ਸੀ, ਉਹੀ ਜਹਾਜ਼ ਵਾਪਸੀ ਸਮੇਂ ਉੱਥੋਂ ਦੇ ਖਾਸ ਕਰਕੇ ਬ੍ਰਿਟੇਨ ਦੇ ਕਾਰਖਾਨੇ ਵਿੱਚ ਜਿਹੜਾ ਬਣਿਆ ਹੋਇਆ ਮਾਲ ਸੀ ਉਹ ਭਾਰਤ ਲਿਆਉਂਦੇ ਸੀ ਅਤੇ ਇਹ ਮਾਲ ਬੰਦਰਗਾਹ ਤੋਂ ਰੇਲਾਂ, ਟਰੱਕਾਂ ਅਤੇ ਬੇੜੀਆਂ ਅਤੇ ਸਟੀਮਰਾਂ ਦੁਆਰਾ ਦੂਰ ਦੂਰ ਦੇ ਪਿੰਡਾਂ ਤੱਕ ਪਹੁੰਚਾਇਆ ਜਾਂਦਾ ਸੀ ਅਤੇ ਪ੍ਰਕਿਰਿਆ ਤਤਕਾਲੀ ਬ੍ਰਿਟਿਸ਼ ਸਰਕਾਰ ਵੀ ਉਤਸ਼ਾਹਿਤ ਕਰਦੀ ਰਹੀ ਅਤੇ ਇਸ ਤਰ੍ਹਾਂ ਖੇਤੀ ਦਾ ਸਰੂਪ ਕੀ ਹੋ ਗਿਆ? ਬਸਤੀਵਾਦੀ ਹੋ ਗਿਆ। ਅੱਗੇ ਆਜੂਗਾ ਗੈਰ ਖੇਤੀ, ਖੇਤੀ ਭੂਮੀ ਗੈਰ ਖੇਤੀ ਹਰ ਹੱਥਾਂ ਦੇ ਵਿੱਚ, ਖੇਤੀ ਜਿਹੜੀ ਭੂਮੀ ਸੀ ਉਹ ਗੈਰ ਖੇਤੀ ਹਰ ਹੱਥਾਂ ਦੇ ਵਿੱਚ ਚਲੀ ਗਈ, ਨੋਨ ਐਗਰੀਕਲਚਰਲ ਹੈਂਡਸ। ਗਰੀਬੀ ਅਤੇ ਕਰਜ਼ੇਦਾਰੀ ਦੇ ਵਿੱਚ ਜਗੜੇ ਕਿਸਾਨ ਆਪਣੀ ਮਿਹਨਤ ਨਾਲ ਜੋ ਕੁਝ ਵੀ ਪੈਦਾ ਕਰਦੇ ਸੀ ਉਹ ਫਸਲ ਉਹਨਾਂ ਦਾ ਕਰਜ਼ਾ
ਕਰਜ਼ੇ ਦਾ ਵਿਆਜ ਹੀ ਅਦਾ ਕਰਨ ਦੇ ਵਿੱਚ ਕਾਫੀ ਹੁੰਦਾ ਸੀ, ਮਤਲਬ ਕਿ ਜਿੰਨੀ ਵੀ ਪੈਦਾਵਾਰ ਪੈਦਾ ਕਰਦੇ ਸੀ ਉਹਨਾਂ ਨੂੰ ਉਨੀ ਕੀ ਘੱਟ ਹੀ ਕੀਮਤ ਮਿਲਦੀ ਸੀ, ਉਹਦੇ ਨਾਲ ਉਹਨਾਂ ਦਾ ਕਰਜ਼ਾ ਹੀ ਬੁਰਾ ਹੁੰਦਾ ਸੀ। ਅਤੇ ਸਾਲ ਦੇ ਵਿੱਚ ਉਹ ਆਪਣੇ ਕਰਜ਼ੇ ਦਾ ਜਿਹੜਾ ਮੂਲ ਰਕਮ ਸੀ ਠੀਕ ਹੈ ਉਹਦੇ ਬਰਾਬਰ ਵੀ ਅਦਾ ਨਹੀਂ ਕਰ ਪਾਉਂਦੇ ਸੀ। ਅਤੇ ਇਹਦੇ ਨਾਲ ਕਰਜ਼ਾ ਦੇਣ ਵਾਲੇ ਸ਼ਾਹੂਕਾਰ ਅਨਾਜ ਵਪਾਰੀ ਅਤੇ ਪੂੰਜੀਗਤ ਉਹਨਾਂ ਦੀ ਫਿਰ ਭੂਮੀ ਨੂੰ ਗਿਰਵੀ ਰੱਖਣ ਲੱਗ ਗਏ, ਆਪਣੇ ਕੋਲ ਗਹਿਣੇ ਰੱਖਣ ਲੱਗ ਗਏ, ਬਾਅਦ ਦੇ ਵਿੱਚ ਉਹਨਾਂ ਤੋਂ ਸਸਤੀ ਕੀਮਤਾਂ 'ਤੇ ਖਰੀਦ ਲੈਂਦੇ ਸੀ ਅਤੇ ਫਿਰ ਉਹਨਾਂ ਨੂੰ ਕਬਜ਼ੇ ਦੇ ਵਿੱਚ ਲੈ ਲੈਂਦੇ ਸੀ। ਇਹਦੇ ਨਾਲ ਖੇਤੀ ਜਿਹੜੀ ਭੂਮੀ ਸੀ ਜਿੱਥੇ ਤੋਂ ਕਿਸਾਨਾਂ ਕੋਲ ਰਹਿਣੀ ਸੀ ਹੁਣ ਕਿੱਥੇ ਚਲੀ ਗਈ ਸੀ, ਜਿਨ੍ਹਾਂ ਨੇ ਉਹਨਾਂ ਨੂੰ ਕਰਜ਼ੇ ਦਿੱਤੇ ਸੀ ਠੀਕ ਹੈ। ਅਤੇ ਖੇਤੀ ਆਰਥਿਕ ਪੱਖੋਂ ਲਾਹੇਵੰਦ ਨਾ ਰਹੀ, ਹਰ ਸਾਲ ਵਹਾਉਣ ਵਾਲੇ ਕਿਸਾਨਾਂ ਨੂੰ ਬਦਲਿਆ ਜਾਂਦਾ ਰਿਹਾ ਅਤੇ ਕਿਸਾਨ ਸਿਰਫ ਭੂਮੀਹੀਨ ਖੇਤੀ ਹਰ ਮਜ਼ਦੂਰਾਂ ਬਣ ਕੇ ਰਹਿ ਗਏ। ਸੋ ਇਹ ਸੀ ਇਹਦੇ ਪ੍ਰਭਾਵ ਦੁਆਰਾ ਰਿਪੀਟ ਕਰ ਦਿੰਦੀ ਮੈਂ ਪੁਆਇੰਟ, ਪਿੰਡਾਂ ਦੀ ਆਤਮ ਨਿਰਭਰਤਾ ਦਾ ਅੰਤ ਹੋ ਗਿਆ, ਵਣਜੀਕਰਨ ਮਤਲਬ ਕਿ ਵਪਾਰੀਕਰਨ ਦੇ ਕੀ ਪ੍ਰਭਾਵ ਪੈ ਗਏ, ਨਕਦੀ ਫਸਲਾਂ ਵਿੱਚ ਵਾਧਾ ਹੋ ਗਿਆ, ਨਵੀਆਂ ਫਸਲਾਂ ਦੇ ਉਤਪਾਦਨ ਅਤੇ ਆਮਦਨ ਦੇ ਵਿੱਚ ਵਾਧਾ ਹੋ ਗਿਆ, ਮੁੱਲ ਨਿਰਭਰਤਾ ਹੋ ਗਈ ਵੀ ਜਿਹੜੀ ਫਸਲ ਦੀ ਕੀਮਤ ਜ਼ਿਆਦਾ ਸੀ ਉਹੀ ਫਸਲ ਪੈਦਾ ਕਰਨ ਲੱਗ ਗਏ, ਨਵਾਂ ਸਮਾਜਿਕ ਵਰਗੀਕਰਨ ਬਣ ਗਏ, ਕੋਈ ਮਜ਼ਦੂਰ ਬਣ ਗਏ, ਕੋਈ ਕਿਸਾਨ ਜਿਹੜੇ ਕਿ ਕਿਸਾਨ ਬਣ ਗਏ, ਕੋਈ ਬੰਧੂਆ ਬਣ ਗਿਆ ਠੀਕ ਹੈ, ਕੋਈ ਕਰਜ਼ੇ ਦਾ ਦੇਣ ਵਾਲਾ ਸ਼ਾਹੂਕਾਰ ਬਣ ਗਿਆ, ਕੋਈ ਮਹਾਜਨ ਬਣ ਗਿਆ ਅਤੇ ਖੇਤੀ ਦਾ ਬਸਤੀਵਾਦੀ ਸਰੂਪ ਬਣ ਗਿਆ, ਮਤਲਬ ਕਿ ਜਿਹੜੇ ਕੱਚਾ ਮਾਲ ਸੀ ਉਹ ਵਿਦੇਸ਼ਾਂ ਦੇ ਵਿੱਚ ਭੇਜਣ ਲੱਗੇ, ਵਿਦੇਸ਼ਾਂ ਤੋਂ ਪੱਕਾ ਮਾਲ ਇੱਧਰ ਆਉਣ ਲੱਗ ਗਿਆ ਠੀਕ ਹੈ। ਅਤੇ ਖੇਤੀ ਭੂਮੀ ਗੈਰ ਖੇਤੀਕਾਰ ਮਤਲਬ ਕਿ ਜਿਹੜੇ ਜਿਨ੍ਹਾਂ ਤੋਂ ਕਰਜ਼ਾ ਲੈਂਦੇ ਸੀ, ਬਾਅਦ ਦੇ ਵਿੱਚ ਕਰਜ਼ਾ ਜਦੋਂ ਪੇਮੈਂਟ ਪੂਰੀ ਨਹੀਂ ਕਰ ਪਾਉਂਦੇ ਸੀ ਤਾਂ ਬਾਅਦ ਦੇ ਵਿੱਚ ਉਹਨਾਂ ਦੀ ਜ਼ਮੀਨ ਜ਼ਬਤ ਕਰ ਲੈਂਦੇ ਸੀ। ਥੈਂਕਸ।